ਪੈਟਰੋਲ ਨੂੰ ਲੈ ਕੇ ਵੱਡੀ ਰਾਹਤ ਭਰੀ ਖਬਰ ਆ ਗਈ ਹੈ। ਪੁਲਿਸ ਦੀ ਨਿਗਰਾਨੀ ਹੇਠ ਇੰਡੀਅਨ ਆਇਲ ਦੇ ਦਫ਼ਤਰ ਪਹੁੰਚ ਗਏ ਨੇ, 65 ਤੇਲ ਵਾਲੇ ਟੈਂਕਰ ਫੈਕਟਰੀ ਪਹੁੰਚ ਗਏ ਨੇ, ਰਿਫਾਇਨਰੀ 'ਚ ਪਹੁੰਚ ਗਏ ਨੇ ਜਿੱਥੋਂ ਪੈਟਰੋਲ ਭਰਿਆ ਜਾਵੇਗਾ। ਹੁਣ ਇਹਨਾਂ 65 ਟੈਂਕਰਾਂ ਦੇ ਵਿੱਚ ਅਤੇ ਪੂਰੇ ਸੂਬੇ ਦੇ ਵਿੱਚ ਇਹਨਾਂ ਨੂੰ ਭੇਜ ਦਿੱਤਾ ਜਾਵੇਗਾ। ਤਾਂ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਕਿ ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਨਾ ਹੋਵੇ, ਲੋਕਾਂ ਤੱਕ ਹਰੇਕ ਜ਼ਰੂਰਤ ਦਾ ਸਮਾਨ ਜਲਦ ਤੋਂ ਜਲਦ ਪਹੁੰਚ ਜਾਵੇ। ਜਿੰਨਾ ਚਿਰ ਹੜਤਾਲ ਚੱਲ ਰਹੀ ਹੈ ਉਹਨਾਂ ਚਿਰ ਸਰਕਾਰਾਂ ਦੇ ਵੱਲੋਂ ਹੁਕਮ ਕਰ ਦਿੱਤੇ ਗਏ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ, ਤੁਹਾਨੂੰ ਦੇਖ ਸਕਦੇ ਹੋ ਕਿ ਕਿਵੇਂ 60 ਤੋਂ 65 ਟੈਂਕਰ ਜਿਹੜੇ ਨੇ ਪੈਟਰੋਲ ਦੇ, ਡੀਜ਼ਲ ਦੇ, ਤੇਲ ਵਾਲੇ ਜਿਹੜੇ ਟੈਂਕਰ ਨੇ, ਇਹ ਇੰਡੀਅਨ ਆਇਲ ਦੀ ਫੈਕਟਰੀ ਪਹੁੰਚ ਗਏ ਨੇ ਜਿੱਥੋਂ ਇਹ ਫਿਲ ਕੀਤੇ ਜਾਣਗੇ, ਜਿਸ ਤੋਂ ਬਾਅਦ ਸ਼ਹਿਰਾਂ ਦੇ ਵੱਲ ਤੋਰ ਦਿੱਤੇ ਜਾਣਗੇ। ਸੂਬੇ ਭਰ ਦੇ ਵਿੱਚ ਇਹਨਾਂ ਟੈਂਕਰਾਂ ਨੂੰ ਸਪਲਾਈ ਕੀਤਾ ਜਾਵੇਗਾ। ਤਾਂ ਦੁਬਾਰਾ ਇੰਡੀਅਨ ਆਇਲ ਦੇ ਵੱਲੋਂ ਜਿਹੜਾ ਤੇਲ ਹੈ ਉਹ ਪੈਟਰੋਲ ਪੰਪਾਂ 'ਤੇ ਸਪਲਾਈ ਕਰਨ ਦੇ ਲਈ 65 ਟੈਂਕਰ ਭਰ ਦਿੱਤੇ ਗਏ ਨੇ। 65 ਟੈਂਕਰ ਦੇਖ ਸਕਦੇ ਹੋ ਪੁਲਿਸ ਦੀ ਨਿਗਰਾਨੀ ਹੇਠ ਪਹੁੰਚੇ ਨੇ, ਤਾਂ ਕਿ ਜਿਹੜੇ ਹੜਤਾਲ 'ਤੇ ਬੈਠੇ ਨੇ ਲੋਕ ਉਹ ਇਹਨਾਂ ਟੈਂਕਰਾਂ ਨੂੰ ਅਤੇ ਇਹਨਾਂ ਦੇ ਡਰਾਈਵਰਾਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਣ, ਕਿਉਂਕਿ ਜਿਹੜੇ ਹੜਤਾਲ 'ਤੇ ਬੈਠੇ ਨੇ ਉਹ ਵੀ ਟਰੱਕ ਡਰਾਈਵਰ ਨੇ, ਉਹ ਵੀ ਕੈਂਟਰਾਂ ਦੇ ਡਰਾਈਵਰ ਨੇ। ਪਰ ਸਰਕਾਰ ਦੇ ਵੱਲੋਂ ਸਪੈਸ਼ਲ 65 ਟੈਂਕਰ ਮੰਗਵਾਏ ਗਏ ਅਤੇ ਇਹਨਾਂ ਨੂੰ ਇੰਡੀਅਨ ਆਇਲ ਦੀ ਫੈਕਟਰੀ ਭੇਜ ਦਿੱਤਾ ਗਿਆ ਹੈ ਜਿੱਥੋਂ ਇਹਨਾਂ ਦੇ ਵਿੱਚ ਪੈਟਰੋਲ ਡੀਜ਼ਲ ਭਰ ਕੇ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਤਾਂ ਰਾਹਤ ਭਰੀ ਖਬਰ ਹੈ, ਘਬਰਾਉਣ ਦੀ ਲੋਕਾਂ ਨੂੰ ਬਿਲਕੁਲ ਲੋੜ ਨਹੀਂ ਹੈ। ਤਾਂ ਭਾਰੀ ਸੁਰੱਖਿਆ ਬਲਾਂ ਦੇ ਨਾਲ ਨਾਲ ਇਹਨਾਂ 65 ਟੈਂਕਰਾਂ ਨੂੰ ਇਹਨਾਂ ਦਾ ਮੁਕਾਮ ਤੱਕ ਪਹੁੰਚਾਇਆ ਗਿਆ ਹੈ, ਇੰਡੀਅਨ ਆਇਲ ਦੀ ਫੈਕਟਰੀ ਪਹੁੰਚੇ ਨੇ ਜਿੱਥੇ ਇਹਨਾਂ ਨੂੰ ਭਰਿਆ ਜਾਵੇਗਾ ਅਤੇ ਵਾਪਸ ਪੁਲਿਸ ਦੀ ਸੁਰੱਖਿਆ ਦੇ ਨਾਲ ਹੀ ਇਹਨਾਂ ਨੂੰ ਸ਼ਹਿਰਾਂ ਤੱਕ, ਸੂਬਿਆਂ ਤੱਕ, ਕਸਬਿਆਂ ਤੱਕ ਪਹੁੰਚਾਇਆ ਜਾਵੇਗਾ। ਤਾਂ ਹਿੱਟ ਐਂਡ ਰਨ ਕਾਨੂੰਨ ਖਿਲਾਫ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਹੈ, ਟਰੱਕ ਬੱਸ ਡਰਾਈਵਰਾਂ ਦੀ ਹੜਤਾਲ ਜਾਰੀ ਹੈ, ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਚੱਕਾ ਜਾਮ ਹੈ। ਹਿੱਟ ਐਂਡ ਰਨ ਦਾ ਨਵਾਂ ਕਾਨੂੰਨ ਵਾਪਸ ਲੈਣ ਦੀ ਮੰਗ ਕਰਕੇ ਹੜਤਾਲ 'ਤੇ ਬੈਠੇ ਨੇ ਟਰੱਕ ਡਰਾਈਵਰ ਅਤੇ ਬੱਸਾਂ ਦੇ ਡਰਾਈਵਰ, ਜਿਸ ਤੋਂ ਬਾਅਦ ਲੋਕਾਂ ਨੂੰ ਪੈਟਰੋਲ ਪੰਪਾਂ 'ਤੇ ਪੈਟਰੋਲ ਨਹੀਂ ਲੱਭ ਰਿਹਾ ਸੀ, ਕਿਉਂਕਿ ਜਿਹੜੇ ਟੈਂਕਰ ਨੇ ਉਹਨਾਂ ਦੇ ਵੀ ਜਿਹੜੇ ਡਰਾਈਵਰ ਨੇ ਉਹ ਹੜਤਾਲ 'ਤੇ ਬੈਠੇ ਸੀ। ਤਾਂ ਸਰਕਾਰ ਦੇ ਵੱਲੋਂ ਸਪੈਸ਼ਲ 65 ਟੈਂਕਰ ਪੈਟਰੋਲ ਦੇ ਮੰਗਵਾਏ ਗਏ ਨੇ, ਇੰਡੀਅਨ ਆਇਲ ਦੀ ਫੈਕਟਰੀ ਜਿਹੜੀ ਰਿਫਾਇਨਰੀ ਆ ਉੱਥੇ ਭੇਜਿਆ ਗਿਆ ਹੈ, ਉੱਥੋਂ ਫੁੱਲਫਿਲ ਕੀਤੇ ਜਾਣਗੇ, ਜਿਸ ਤੋਂ ਬਾਅਦ ਇਹਨਾਂ ਨੂੰ ਸੂਬੇ ਭਰ ਦੇ ਵਿੱਚ ਭੇਜ ਦਿੱਤਾ ਜਾਵੇਗਾ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਹਿਮਾਚਲ ਪ੍ਰਦੇਸ਼ ਦੇ ਉਹਨਾਂ ਦੀ, ਜਿੱਥੇ ਇੰਡੀਅਨ ਆਇਲ ਦੀ ਫੈਕਟਰੀ ਦੇ ਵਿੱਚ ਇਹ 65 ਟੈਂਕਰ ਪਹੁੰਚ ਗਏ ਨੇ, ਨਾਲ ਨਾਲ ਪੁਲਿਸ ਦਾ ਵੱਡਾ ਜੱਥਾ ਵੀ ਪਹੁੰਚਿਆ ਹੈ। ਭਾਰੀ ਪੁਲਿਸ ਬਲ ਤੈਨਾਤ ਇਹਨਾਂ ਟਰੱਕਾਂ ਦੇ ਨਾਲ ਹੈ, ਦੇਖ ਸਕਦੇ ਹੋ ਤਸਵੀਰਾਂ ਉਹਨਾਂ ਤੋਂ ਸਾਹਮਣੇ ਆ ਰਹੀਆਂ ਨੇ। ਤਾਂ ਲਗਾਤਾਰ ਜਿਹੜੇ ਡਰਾਈਵਰ ਸੀ ਉਹ ਹੜਤਾਲ ਕਰਕੇ ਇਹਨਾਂ ਇੰਡੀਅਨ ਆਇਲ ਦੀ ਫੈਕਟਰੀ ਦੇ ਗੇਟ ਮੂਹਰੇ ਬੈਠੇ ਸੀ। ਤਾਂ ਪੁਲਿਸ ਪਹੁੰਚਦੀ ਹੈ ਡਰਾਈਵਰਾਂ ਨੂੰ, ਯਾਨੀ ਕਿ ਪ੍ਰਦਰਸ਼ਨਕਾਰੀਆਂ ਨੂੰ ਗੇਟ ਤੋਂ ਹਟਾਇਆ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਇਹਨਾਂ 65 ਟੈਂਕਰਾਂ ਨੂੰ ਗੇਟ ਤੋਂ ਐਂਟਰੀ ਦਿਵਾਈ ਜਾਂਦੀ ਹੈ, ਜਿਸ ਕਰਕੇ ਇਹ ਹੁਣ ਟੈਂਕਰ ਭਰੇ ਜਾਣਗੇ ਅਤੇ ਲੋਕਾਂ ਤੱਕ ਪਹੁੰਚਾਏ ਜਾਣਗੇ। ਤਾਂ ਵੱਡੀ ਰਾਹਤ ਭਰੀ ਖਬਰ ਹੈ ਪੈਟਰੋਲ ਨੂੰ ਲੈ ਕੇ। ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਲੋਕਾਂ ਤੱਕ, ਇਸ ਖਬਰ ਨੂੰ ਪਹੁੰਚਾਓ ਤਾਂ ਕਿ ਲੋਕ ਜਿਹੜੇ ਖੱਜਲ ਖੁਆਰ ਹੋ ਰਹੇ ਨੇ ਲਾਈਨਾਂ ਦੇ ਵਿੱਚ ਲੱਗ ਕੇ, ਕਈ ਲੋਕ ਭੀੜ ਦੇ ਵਿੱਚ ਬੇਹੋਸ਼ ਹੋ ਰਹੇ ਨੇ, ਬਿਮਾਰ ਹੋ ਰਹੇ ਨੇ, ਤਾਂ ਬਹੁਤ ਹੀ ਮੁੱਖ ਖਬਰ ਹੈ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕ ਆਪਣੇ ਘਰਾਂ 'ਚ ਬੈਠਣ ਆਰਾਮ ਨਾਲ, ਕਿਉਂਕਿ ਤੇਲ ਦੀ ਵਿਵਸਥਾ ਸੂਬਾ ਸਰਕਾਰ ਕਰਵਾ ਰਹੀ ਹੈ।